ਲਗਾਤਾਰ ਰੋਜ਼ਗਾਰ ਮੇਲਾ ਜਿਹੜਾ ਤਰਨ ਤਰਨ ਜ਼ਿਲ੍ਹੇ ਵਿੱਚ 12 ਤਰੀਕ ਤੋਂ ਲੈ ਕੇ 16 ਤਰੀਕ ਤੱਕ ਲਾਏ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਆਦੇਸ਼ ਹੈ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਬੇਰੁਜ਼ਗਾਰ ਆ ਉਹਨਾਂ ਸਾਰਿਆਂ ਦੀ ਨੌਕਰੀ ਦਾ ਪ੍ਰੋਵੀਜ਼ਨ ਕਰਨਾ ਹੈ ਚਾਹੇ ਉਹਦੇ ਨਾਲ ਨਾਲ ਜੇ ਕੋਈ ਆਪਣਾ ਇੰਪਲਾਇਮੈਂਟ ਕਰਨਾ ਚਾਹੁੰਦਾ ਤਾਂ ਇੰਪਲਾਇਮੈਂਟ ਹੈ ਜੇ ਕੋਈ ਹੋਰ ਟ੍ਰੇਨਿੰਗ ਲੈ ਕੇ ਜਾਂਦਾ ਕੋਈ ਮਨੁੱਖਾ ਕੰਮ ਕਰਨਾ ਚਾਹੁੰਦਾ ਉਹਦਾ ਹਰ ਤਰ੍ਹਾਂ ਦੀ ਟ੍ਰੇਨਿੰਗਸ ਉਹ ਵੀ ਪ੍ਰੋਵਾਈਡ ਜ਼ਿਲ੍ਹੇ ਦੇ ਵਿੱਚ ਕਰਾਈਆਂ ਜਾਂਦੀਆਂ 12 ਤਰੀਕ ਤੋਂ ਲੈ ਕੇ 16 ਤਰੀਕ ਤੱਕ ਜਿਹੜਾ ਮੇਲਾ ਲੱਗ ਉਹਦੇ ਵਿੱਚ ਸਾਡਾ ਮੇਨ ਮਕਸਦ ਇਹ ਹੈ ਕਿ ਤਕਰੀਬ 1800 ਜਿਹੜਾ ਯੂਥ ਹੈ ਲੜੇ ਲੜਕੀਆਂ ਉਹਨਾਂ ਨੂੰ ਅਸੀਂ ਜਿਹੜਾ ਇੰਪਲਾਇਮੈਂਟ ਜਿਹੜਾ ਪਹਿਲਾਂ ਕੰਪਨੀਆਂ ਨਾਲ ਟਾਈ ਅਪ ਕਰ ਪ੍ਰੋਵਾਈਡ ਕਰਨ ਦੀ ਜਿਹੜਾ ਇੱਕ ਪਲਾਨ ਆਇਆ ਹੈ ਇਸ ਦੇ ਤਹਿਤ ਹੀ ਇਹ ਮੇਲਾ ਜਿਹੜਾ ਸਾਡਾ 5 ਦਿਨ ਚੱਲੇਗਾ ਇਹ ਜਿਹੜੇ 5-5 ਦਿਨ ਹੈ ਸਾਰੇ ਆਫੀਸਰ ਇੱਥੇ ਹਾਜ਼ਰ ਨੇ ਬੱਚਿਆਂ ਦੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਪੀਣ ਦਾ ਹੋਰ ਉਹਨਾਂ ਦੇ ਟਾਇਲਟ ਐਵਰੀਥਿੰਗ ਐਂਡ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਆ ਕੇ ਇੱਥੇ ਆਪਣਾ ਯੋਗਦਾਨ ਪਾ ਰਹੀਆਂ ਮੇਨ ਜਿਹੜਾ ਪੰਜਾਬ ਸਰਕਾਰ ਮਕਸਦ ਹੈ ਜਿਹੜਾ ਉਹਨਾਂ ਸਰਕਾਰ ਦਾ ਟੀਚਾ ਹੈ ਕਿ ਘਰ ਰੋਜ਼ਗਾਰ ਦੇਣਾ ਹੈ ਉਹਨੂੰ ਵੀ ਬਿਲਕੁਲ ਅਸੀਂ ਨੇਪਰੇ ਚਾਰ ਜਾ ਰਹੇ ਇਸ ਤੋਂ ਪਹਿਲਾਂ ਵੀ 25 ਜਿਹੜੇ ਰੋਜ਼ਗਾਰ ਕੈਂਪ ਹੈ ਜ਼ਿਲ੍ਹੇ ਦੇ ਵਿੱਚ ਲਗਾਏ ਜਾ ਚੁੱਕੇ ਅੱਜ ਤਕਰੀਬਨ 4000 ਨੂੰ ਅੱਜ ਜੋਬ ਪ੍ਰੋਵਾਈਡ ਕਰਵਾ ਦਿੱਤਾ ਹੈ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਮਿਸਕਰਪਸ਼ਨ ਹੈ ਲੋਕਾਂ ਦੇ ਵਿੱਚ ਜਾਂ ਜਿਹੜੇ ਇਸ ਤਰ੍ਹਾਂ ਦੇ ਕੋਈ ਠੱਗ ਠੱਗ ਠੋਰੇ ਤੁਰੇ ਫਿਰਦੇ ਆ ਬਿਲਕੁਲ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਨੋਟਿਸ ਦੇ ਵਿੱਚ ਲਿਆਓ ਜੇ ਕੋਈ ਏਜੰਟ ਵਗੈਰਾ ਇੱਧਰ ਤੁਰਿਆ ਫਿਰਦਾ ਇਹ ਗਲਤ ਮਿਸਗਾਈਡ ਮੈਂ ਤੈਨੂੰ ਉੱਧਰ ਨੌਕਰੀ ਲਵਾ ਦੂੰਗਾ ਇੱਧਰ ਲਵਾ ਦੂੰਗਾ ਬਹੁਤ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਕੋਈ ਵੀ ਕਿਸੇ ਦੇ ਵੀ ਨੋਟਿਸ ਹੈ ਤਾਂ ਸਾਡੇ ਨੋਟਿਸ